ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਸੀਂ ਪਿੰਡਾਂ ਵਾਲੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ। ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਰਾਜਸਥਾਨ ਦੀ ਮਸ਼ਹੂਰ ਲਸਣ ਦੀ ਚਟਣੀ। ਤੇ ਆਓ ਆਪਾਂ ਬਣਾਉਂਦੇ ਹਾਂ ਲਸਣ ਦੀ ਚਟਣੀ। ਲਸਣ ਦੀ ਚਟਣੀ ਵਾਸਤੇ ਚਾਹੀਦਾ ਆਪਾਂ ਨੂੰ ਲਸਣ, ਟਮਾਟਰ, ਲਾਲ ਮਿਰਚ ਤੇ ਧਨੀਆ ਪਾਊਡਰ, ਨਮਕ ਤੇ ਤੜਕੇ ਵਾਸਤੇ ਦੇਸੀ ਘੀ ਤੇ ਹਿੰਗ। ਤੇ ਪਹਿਲਾਂ ਪਾਵਾਂਗੇ ਆਪਾਂ ਲਸਣ ਤੇ ਫਿਰ ਪਾਵਾਂਗੇ ਇਹਦੇ ਵਿੱਚ ਆਪਾਂ ਟਮਾਟਰ। ਤੁਸੀਂ ਆਪਣੀ ਹੈ ਨਾ ਕੁਆਂਟਿਟੀ ਦੇ ਹਿਸਾਬ ਨਾਲ ਜਿੰਨੇ ਵੀ ਪਾਉਣੇ ਨੇ ਪਾ ਸਕਦੇ ਹਾਂ। ਤੇ ਫਿਰ ਲਾਲ ਮਿਰਚ, ਧਨੀਆ ਪਾਊਡਰ ਤੇ ਨਮਕ ਤੇ ਥੋੜ੍ਹਾ ਜਿਹਾ ਪਾਣੀ ਪਾ ਕੇ ਆਪਾਂ ਇਹਨੂੰ ਗ੍ਰਾਇੰਡ ਕਰਾਂਗੇ। ਹੁਣ ਆਪਾਂ ਇਹਨੂੰ ਚਟਣੀ ਨੂੰ ਤੜਕਦੇ ਹਾਂ। ਚਟਣੀ ਲਈ ਪਾਵਾਂਗੇ ਦੇਸੀ ਘੀ। ਅਤੇ ਆਪਾਂ ਇਹਨੂੰ ਤੇਲ ਦੇ ਵਿੱਚ ਵੀ ਤੜਕ ਸਕਦੇ ਹਾਂ, ਪਰ ਜਿਹੜਾ ਇਹਦਾ ਟੇਸਟ ਆ ਉਹ ਦੇਸੀ ਘੀ 'ਚ ਵਧੀਆ ਬਣਦਾ। ਸਭ ਤੋਂ ਵੱਡੀ ਗੱਲ ਹੈ ਜਿਹੜੀ ਇਹ ਚਟਣੀ ਆ ਬਹੁਤ ਸੌਖੀ ਆ ਅਤੇ ਸਿੰਪਲ ਤਰੀਕੇ ਨਾਲ ਬਣਦੀ ਹੈ। ਜਦੋਂ ਆਪਣੇ ਕੋਲ ਟਾਈਮ ਨਹੀਂ ਹੁੰਦਾ ਅਤੇ ਉਦੋਂ ਆਪਾਂ ਇਹ ਚਟਣੀ ਬਣਾ ਸਕਦੇ ਹਾਂ। ਅਤੇ ਸਭ ਤੋਂ ਵੱਡੀ ਗੱਲ ਜਿਹੜੇ ਬੱਚੇ ਸਟੂਡੈਂਟ ਬਾਹਰ ਨੇ ਉਹਨਾਂ ਕੋਲ ਟਾਈਮ ਨਹੀਂ ਹੁੰਦਾ ਸਬਜ਼ੀ ਬਣਾਉਣ ਦਾ, ਅਤੇ ਉਹ ਇਹ ਚਟਣੀ ਬਣਾ ਕੇ ਸਟੋਰ ਕਰ ਸਕਦੇ ਨੇ। ਅਤੇ ਇਹਨੂੰ ਰੋਟੀ ਨਾਲ, ਪੂੜੀ ਨਾਲ, ਪਰੌਂਠੇ ਨਾਲ ਆਪਾਂ ਖਾ ਸਕਦੇ ਹਾਂ। ਜਿਵੇਂ ਅੱਜ ਕੱਲ੍ਹ ਮਿੱਸੀ ਰੋਟੀ ਬਣਦੀ ਹੈ ਸਵੇਰੇ ਹਾਜ਼ਰੀ 'ਚ, ਆਪਾਂ ਉਹਦੇ ਨਾਲ ਥੋੜ੍ਹੀ ਜਿਹੀ ਪਾਵਾਂਗੇ ਆਪਾਂ ਹਿੰਗ। ਜਿਹੜਾ ਹਿੰਗ ਦਾ ਸਵਾਦ ਆ ਉਹ ਇਹ ਚਟਣੀ 'ਚ ਬਹੁਤ ਵਧੀਆ ਲੱਗਦਾ। ਫਿਰ ਪਾਵਾਂਗੇ ਆਪਾਂ ਚਟਣੀ ਅਤੇ ਇਹਨੂੰ ਪਕਾਵਾਂਗੇ ਹੁਣ ਆਪਾਂ ਪੂਰਾ ਘਿਓ ਛੱਡਣ ਤੱਕ। ਅਤੇ ਚਟਣੀ ਨੂੰ ਆਪਾਂ ਪਕਾਵਾਂਗੇ ਵੀ ਇਹਦਾ ਕੱਚਾਪਣ ਵਾਲਾ ਸੰਦਾ ਉਹ ਪੱਕ ਜਾਵੇ। ਪੱਕ ਕੇ ਜਦੋਂ ਇਹ 5-7 ਮਿੰਟਾਂ 'ਚ ਪੱਕ ਗਈ ਅਤੇ ਫਿਰ ਇਹ ਜਾਲੀਦਾਰ ਬਣ ਜੂਗੀ, ਜਿਹੜੀ ਇਹਦੀ ਨਿਸ਼ਾਨੀ ਆ ਪੱਕਣ ਦੀ ਘਿਓ ਛੱਡ ਜੂਗੀ। ਅਤੇ ਰਾਜਸਥਾਨ 'ਚ ਇਹ ਬਾਜਰੇ ਦੀ ਰੋਟੀ ਨਾਲ ਖਾਧੀ ਜਾਂਦੀ ਹੈ। ਅਤੇ ਆਪਣੇ ਤਾਂ ਪਿੰਡਾਂ 'ਚ ਆਪਾਂ ਗਰਮੀਆਂ 'ਚ ਪਿਆਜ਼ ਅਤੇ ਹਰੀਆਂ ਮਿਰਚਾਂ ਦੀ ਚਟਣੀ ਜਾਂ ਪੁਦੀਨੇ ਦੀ ਚਟਣੀ ਬਣਾਉਂਦੇ ਹਾਂ, ਜਾਂ ਸਿਆਲ ਦੇ ਵਿੱਚ ਸਰਦੀਆਂ 'ਚ ਆਪਾਂ ਬਸ ਧਨੀਏ ਦੀ ਚਟਣੀ ਬਣਾਉਂਦੇ ਹਾਂ। ਇਹ ਚਟਣੀ ਆਪਾਂ ਘੱਟ ਬਣਾਉਂਦੇ ਹਾਂ। ਇਹ ਚਟਣੀ ਸਭ ਤੋਂ ਜ਼ਿਆਦਾ ਰਾਜਸਥਾਨ 'ਚ ਬਣਦੀ ਹੈ। ਅਤੇ ਆਪਣੀ ਲਗਭਗ ਹੁਣ ਚਟਣੀ ਤਿਆਰ ਹੈ ਜੀ। ਇਹ ਘਿਓ ਛੱਡ ਚੁੱਕੀ ਆ ਅਤੇ ਬਸ ਇਹਦੀ ਇਹੀ ਨਿਸ਼ਾਨੀ ਆ ਜਦੋਂ ਪੱਕ ਜਾਂਦੀ ਆ ਅਤੇ ਕਿਨਾਰਿਆਂ ਤੋਂ ਇਹਨੂੰ ਹੋ ਜਾਂਦਾ ਜਾਲੀਦਾਰ ਬਣ ਜਾਂਦੀ ਆ। ਅਤੇ ਚਟਣੀ ਇਹਨੂੰ ਆਪਾਂ ਹੁਣ ਸ਼ਾਮ ਨੂੰ ਤਿਆਰ ਕੀਤੀ ਆ ਕਿਉਂਕਿ ਸਵੇਰੇ ਟਾਈਮ ਨਹੀਂ ਹੁੰਦਾ। ਸਵੇਰੇ ਆਪਾਂ ਇਹਨੂੰ ਸਾਦੀ ਰੋਟੀ ਨਾਲ ਖਾਵਾਂਗੇ ਅਤੇ ਵੱਧ ਤੋਂ ਵੱਧ ਆਪਾਂ ਇਹ ਗਰਮੀਆਂ 'ਚ ਅੰਬ ਦੀ ਚਟਣੀ ਬਣਾ ਲੈਂਦੇ ਹਾਂ, ਖੱਟੇ ਅੰਬ ਦੀ ਖੱਟੀ ਮਿੱਠੀ ਚਟਣੀ। ਅਤੇ ਮੈਂ ਅੱਜ ਲਸਣ ਦੀ ਚਟਣੀ ਬਣਾਈ ਆ। ਲਓ ਜੀ ਇਹ ਤਿਆਰ ਆ ਹੁਣ ਚਟਣੀ। ਆਪਣੀ ਲਸਣ ਦੀ ਚਟਣੀ ਤਿਆਰ ਹੈ ਜੀ। ਅਤੇ ਜੇ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਅਤੇ ਇਹ ਚਟਣੀ ਹੈ ਤੁਸੀਂ ਆਪ ਬਣਾਓ ਅਤੇ ਬਣਾ ਕੇ ਖਾਓ, ਤੁਹਾਨੂੰ ਕਿਵੇਂ ਲੱਗੀ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਵੀਡੀਓ ਦੇਖਣ ਲਈ ਧੰਨਵਾਦ।